ਅਸਲਾਮ ਅਲੈਕਮ ਜੀ। ਅੱਛਾ, ਅੱਜ ਮੈਂ ਤੁਹਾਨੂੰ ਇੱਕ ਨਾ ਆਪਣਾ ਜਿਹੜਾ ਇੱਕ ਐਸਾ ਟੋਟਕਾ, ਯਾਨੀ ਕਿ ਅਜ਼ਮੂਦਾ ਟੋਟਕਾ ਤੁਹਾਨੂੰ ਦੇਣ ਲੱਗਾ ਵਾਂ, ਜਿਨ੍ਹਾਂ ਲੋਕਾਂ ਨੇ ਮੱਝਾਂ, ਗਾਵਾਂ, ਜਾਨਵਰ ਰੱਖੇ ਨੇ, ਜਾਂ ਕੋਈ ਵੀ ਜਾਨਵਰ। ਠੀਕ ਹੈ, ਇਹ ਹੁਣ ਗਾਂ ਸੀ ਸਾਡੀ, ਤੇ ਰਾਤ ਨੂੰ ਇੱਕ ਦਿਨ ਨਾ ਕੁੱਤੇ ਪੈ ਗਏ ਨੇ। ਇਹਨੇ ਨੱਥ ਜਿਹੜੀ ਹੈ ਨਾ, ਉਦੋਂ ਕੰਨ ਦੇ ਆਸ ਪਾਸੇ ਸੀ, ਇਹ ਵੇਖਣਾ ਥੋੜੇ ਜਿਹਾ ਅੱਗੇ ਆ। ਇਹ ਨੱਥ ਜਿਹੜੀ ਹੈ ਨਾ, ਕੰਨ ਦੇ ਅਕਸਰ ਇਸ ਪਾਸੇ ਹੁੰਦੀ ਹੈ, ਥਰੜੇ ਪਾਸੇ। ਠੀਕ, ਜਦੋਂ ਕੁੱਤੇ ਪਏ ਨਾ ਤਾਂ ਜ਼ੋਰ ਪਿਆ, ਤੇ ਇਹਦੇ ਕੰਨ ਦੇ ਥੱਲੇ ਨੱਥ ਜਿਹੜੀ ਹੈ ਨਾ ਫਿਰ ਗਈ, ਨੱਥ ਫਿਰ ਗਈ। ਦੂਸਰੀ ਨੱਥ ਜਿਹੜੀ ਹੱਥ ਨਾਲ ਨੀ ਵੱਟੀ ਹੁੰਦੀ ਆਪਣਾ, ਉਹਦੀ ਬੋਰੀ ਦੀ, ਉਹ ਸੀ। ਉਹਨੇ ਕੰਨ ਵੱਢ ਦਿੱਤਾ। ਜਦੋਂ ਕੰਨ ਵੱਢਿਆ ਗਿਆ ਨਾ, ਤਾਂ ਉਹ 2 ਦਿਨ ਲੰਘ ਗਏ, ਮੈਂ ਨੀ ਏਡਾ ਗੌਰ ਕੀਤਾ, ਉਹਦੇ ਵਿੱਚ ਪੈ ਗਿਆ ਰੇਸ਼ਾ। ਜਦੋਂ ਇਹ ਰੇਸ਼ਾ ਪਿਆ ਨਾ, ਤੇ ਮੈਂ ਐਵੇਂ ਇੱਕ ਦਿਨ ਪੱਠੇ ਪਾਉਂਦਿਆਂ ਵੇਖਿਆ, ਮੈਂ ਕਿਹਾ ਇਹ ਕੀ ਬਣ ਗਿਆ ਬਈ। ਉਹ ਖੈਰ ਤਰੀਕਾ ਸੀ ਇਹ ਲਾਇਆ ਕਿ ਮੇਰੇ ਕੋਲ ਹੈ ਵੀ ਡੀਜ਼ਲ। ਠੀਕ ਹੈ, ਪਹਿਲੇ ਤੁਹਾਨੂੰ ਮੈਂ ਜ਼ਖਮ ਜਿਹੜਾ ਨਾ ਉਹ ਵਿਖਾ ਦਿੰਦਾ ਵਾ। ਵੇਖੋ ਨਾ, ਜ਼ਖਮ ਕਾਫੀ ਸਾਰਾ ਜ਼ਖਮ ਹੈ। ਇਹ ਵੇਖੋ, ਅੱਛਾ, ਇਹ ਜ਼ਖਮ ਚ ਰੇਸ਼ਾ ਪੈ ਗਿਆ ਨਾ, ਤੇ ਮੈਂ ਕਿਉਂਕਿ ਕਿਸੇ ਦੌਰ ਵਿੱਚ ਮੈਨੂੰ ਕਿਤੇ ਕੋਈ ਜ਼ਖਮ ਹੋ ਜਾਏ ਨਾ, ਇਹ ਅੰਗੂਠੇ ਦੇ ਜਿਵੇਂ ਮੇਰੇ ਨਾ ਇਹ ਨਹੁੰ ਦੇ ਉੱਤੇ ਜ਼ਖਮ, ਉਹ ਜੁੱਤੀ ਨਹੀਂ ਸੀ ਬੰਦ ਪੈਂਦੀ, ਤੇ ਇਹਦੇ ਉੱਤੇ ਉਹ ਡੀਜ਼ਲ ਜਾਂ ਹਾਈ ਸਪੀਡ ਜਿਹੜਾ ਪੀਟਰਾਂ ਵਾਲਾ ਤੇਲ ਹੈ, ਉਹ ਅਸੀਂ ਲਾ ਲੈਣਾ ਕਰਨਾ, ਤੇ ਇਹਦੇ ਨਾਲ ਆਰਾਮ ਆ ਜਾਂਦਾ। ਕਿਉਂਕਿ ਡੀਜ਼ਲ ਦਾ ਸਾਨੂੰ ਪਤਾ ਨਹੀਂ, ਬਾਅਦ 'ਚ ਪਤਾ ਲੱਗਿਆ ਨਾ, ਪਹਿਲੇ ਪਿੰਡਾਂ 'ਚ ਖੂਹਾਂ ਤੋਂ ਬਾਅਦ ਪੀਟਰ ਆਏ ਸਨ, ਤੇ ਪੀਟਰਾਂ ਜਿਹੜਾ ਤੇਲ ਪੈਂਦਾ ਉਹ ਹਾਈ ਸਪੀਡ ਹੁੰਦਾ, ਉਹ ਕੋਈ ਜ਼ਖਮ ਸਾਡੇ ਹੱਥਾਂ ਤੇ ਹੋ ਜਾਣਾ, ਪੀਟਰ ਚਲਾਉਂਦਾ ਕਈ ਵਾਰੀ ਚਾਬੀ ਵੱਜ ਜਾਣੀ ਹੈ, ਤੇ ਉਹ ਜੋ ਗੇੜਾ ਦਿੰਦੇ ਆ, ਤੇ ਉਹ ਜ਼ਖਮ ਹੋ ਜਾਣਾ, ਤਾਂ ਉਹ ਲਾਣਾ ਕਰਨਾ, ਤਾਂ ਉਹਦੇ ਨਾਲ ਰੇਸ਼ਾ ਰੂਸ਼ਾ ਨਹੀਂ ਸੀ ਪੈਂਦਾ, ਜੇ ਪੈ ਵੀ ਗਿਆ ਤਾਂ ਵੀ ਖਤਮ ਹੋ ਜਾਂਦਾ ਸੀ। ਉਹ ਉਹ ਹੀ ਮੈਂ ਅਪਲਾਈ ਕੀਤਾ ਇਹਦੇ ਉੱਤੇ ਗਾਂ ਦੇ, ਕਿ ਮੈਂ ਉਹ ਹਾਈ ਸਪੀਡ ਤਾਂ ਖੈਰ ਲੱਭਿਆ ਕੋਈ ਨਾ, ਹੁਣ ਪੀਟਰ ਵੀ ਤੁਹਾਨੂੰ ਪਤਾ ਕਿਤੇ ਕਿਤੇ ਰਹਿ ਗਿਆ, ਤੇ ਉਹ ਇੱਥੇ ਮੇਰੇ ਲਾਗਿਓ ਡੀਜ਼ਲ ਲੱਭ ਗਿਆ, ਤੇ ਉਹ ਡੀਜ਼ਲ ਅਸੀਂ ਜਿਹੜਾ ਨਾ ਮੈਂ ਅਸਰ 2 ਦਿਨ ਅਜੇ ਤੱਕ ਲਾਇਆ, ਜਿੰਨਾ ਕੰਨ ਦਾ ਖਰਾਬ ਸੀ, ਮੈਂ ਕਹਿੰਦਾ ਭਾਵੇਂ ਕੀੜੀ ਲੱਗ ਭਾਵੇਂ ਕੰਨ ਵੱਢਿਆ ਜਾਏ, ਤੇ ਡਾਕਟਰਾਂ ਦੇ ਟੀਕੇ ਲਾਣੇ ਤੇ ਇੰਨਾ ਕੁਝ ਉਹਨਾਂ ਨੇ ਮਾਲ ਪਾਣੀ ਲੈ ਜਾਣਾ, ਸਿਰਫ 2 ਢੱਕਣ 2 ਦਿਨ ਸਿਰਫ ਇਸ ਤਰ੍ਹਾਂ ਕਰਕੇ ਸੁੱਟੇ ਨੇ ਡੀਜ਼ਲ ਦੇ, ਕੰਨ ਤੁਹਾਡੇ ਸਾਹਮਣੇ ਬਿਲਕੁਲ ਖਰੇੜਾ ਆ ਗਿਆ, ਸਾਫ਼ ਹੋ ਗਿਆ, ਰੇਸ਼ਾ ਵੀ ਖਤਮ ਹੋ ਗਿਆ। ਕੈਸਾ, ਯਾਨੀ ਕਿ ਅਜ਼ਮੂਦਾ, ਹੋਰ ਵੀ ਕਿਤੇ ਸਾਨੂੰ ਜ਼ਖਮ ਜ਼ੁਖਮ ਹੋ ਜਾਏ ਨਾ, ਤੇ ਅਸੀਂ ਤਾਂ ਬਈ ਇਹ ਲਾਈਏ, ਰੇਸ਼ਾ ਰੂਸ਼ਾ ਪਿਆ ਹੋਏ ਤੇ ਉਹ ਖਤਮ ਹੋ ਜਾਂਦਾ। ਹੁਣ ਇਹਨੂੰ ਤੁਸੀਂ ਜਿਹੜਾ ਨਾ ਹਸਾਸ ਜਗ੍ਹਾ ਤੇ ਅਪਲਾਈ ਨਹੀਂ ਕਰਨਾ, ਜਿਵੇਂ ਦੰਦ 'ਚ ਰੇਸ਼ਾ ਪੈ ਜਾਏ ਜਾਂ ਹੋਰ ਕਿਤੇ ਹੋ ਜਾਏ, ਕੰਨ 'ਚ ਪੈ ਜਾਏ, ਨਹੀਂ, ਸਿਰਫ ਇਹ ਜਿਸਮ ਦੇ ਉਤਲੇ ਉਤਲੇ ਹਿੱਸੇ ਵਿੱਚ ਕਿਸੇ ਵੀ ਜਾਨਵਰ ਨੂੰ ਐਵੇਂ ਰੇਸ਼ਾ ਪੈ ਜਾਏ, ਉੱਤੇ ਹਾਈ ਸਪੀਡ ਤੇਲ ਜਾਂ ਡੀਜ਼ਲ, ਇਹ ਤੁਸੀਂ 2-3 ਦਿਨ ਲਾਓ, ਵੇਖਣਾ ਰੇਸ਼ਾ ਬਿਲਕੁਲ ਖਤਮ ਹੋ ਜਾਏਗਾ, ਜ਼ਖਮ ਵੀ ਸੈੱਟ ਹੋ ਜਾਏਗਾ। ਠੀਕ ਹੈ ਨਾ ਜੀ, ਇਹਨੂੰ ਸਦਕਾ ਜਾਰੀਆ ਸਮਝਦੇ, ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਕਿਸੇ ਦਾ ਫਾਇਦਾ ਹੋ, ਭਲਾ ਹੋ ਸਕੇ ਜੀ। ਜਿਉਂਦੇ ਰਹੋ ਫਿਰ, ਅੱਲਾ ਬੇਲੀ।